ਧੀਆਂ ਭੈਣਾਂ ਨੂੰ ਬਹੁਤ ਗਲਤ ਬੋਲਦਾ ਬੰਦਾ ਸੰਤਾਂ ਬਾਰੇ ਗੱਲ ਗਲਤ ਬੋਲਿਆ ਖਾਨਾ ਤੌਣ ਚ ਕਿਹਦੇ ਫਸਿਆ ਇਹ ਸਾਰਿਆਂ ਨੂੰ ਪਤਾ ਤੇਰੀ ਮੌਤ ਦਾ ਜ਼ਿੰਮੇਵਾਰ ਤੂੰ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਜੇ ਤੂੰ ਮੇਰੇ ਵਿੱਚ 3 ਤੋਂ 4 ਮਿੰਟ ਖੜ ਗਿਆ ਗਰਾਊਂਡ ਦੇ ਵਿੱਚ 3 ਤੋਂ 4 ਮਿੰਟ ਤੂੰ ਆਪਣੀਆਂ ਲੱਤਾਂ ਤੇ ਖੜਾ ਰਹਿ ਗਿਆ ਤੇ ਸੁਖਿੰਦਰ ਸਿੰਘ ਆਪਣਾ ਮੂੰਹ ਕਾਲਾ ਆਪ ਕਰਕੇ ਪੂਰੇ ਲੜਾਈ ਹਾਂਜੀ ਦੋਸਤੋ ਆਪਾਂ ਇੱਕ ਨਾ ਵੀਡੀਓ ਕੱਲ ਪਰਸੋਂ ਬੜੀ ਵਾਇਰਲ ਹੋਈ ਦੇਖ ਰਹੇ ਆ ਲੁਧਿਆਣੇ ਵਾਲੇ ਡਾਕਟਰ ਦੀ ਮੈਂ ਉਸ ਬੰਦਾ ਨਾਮ ਨਹੀਂ ਲੈਣਾ ਸਾਰੇ ਜਾਣਦੇ ਆ ਉਹ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਬਹੁਤ ਗਲਤ ਬੋਲਦਾ ਬੰਦਾ ਸੰਤਾਂ ਬਾਰੇ ਵੀ ਗੱਲ ਗਲਤ ਬੋਲਿਆ ਸਿੱਧੂ ਮੂਸੇਵਾਲੇ ਬਾਰੇ ਵੀ ਬੋਲਿਆ ਦੇਖ ਮਿੱਤਰਾ ਮੈਂ ਤੇਰੀ ਧੀ ਭੈਣ ਨੂੰ ਬੜਾ ਨਹੀਂ ਕਹਿਣਾ ਕਿਉਂਕਿ ਜਿਹੜੀ ਤੇਰੀ ਧੀ ਭੈਣ ਆ ਉਹੋ ਜੀ ਮੇਰੀ ਆ ਇਹ ਮੇਰੀ ਪਰਵਰਿਸ਼ ਆ ਤੇਰੀ ਕੀ ਆ ਉਹ ਤੇਰੀ ਭਾਸ਼ਾ ਨੂੰ ਸਮਝ ਆਉਂਦੀ ਆ ਹੁਣ ਗੱਲ ਕੀ ਕਰਨੀ ਆ ਤੂੰ ਕਿੰਨਾ ਵਾ ਧੌਣ ਚੋਂ ਫਾਨਾ ਕੱਢਣਾ ਵਾ ਇਹਦੇ ਕੱਢਣਾ ਵਾ ਉਹਦੇ ਕੱਢਣਾ ਵਾ ਫਾਨਾ ਧੌਣ ਚ ਕਿਹਦੇ ਫਸਿਆ ਇਹ ਸਾਰਿਆਂ ਨੂੰ ਪਤਾ ਤੇਰੀ ਭਾਸ਼ਾ ਦੱਸਦੀ ਪਈ ਆ ਹੁਣ ਜਿਹੜੀ ਗੱਲ ਮੈਂ ਕਰਨੀ ਆ ਉਹ ਗੱਲ ਇਹ ਆ ਮਿੱਤਰਾ ਤੂੰ ਕਿਹਾ ਸੀਗਾ ਕਿ ਮੈਂ 49 ਸਾਲ ਦਾ ਤੇ ਮੇਰੇ ਜੋਸ਼ ਹੈਗਾ 18 ਸਾਲਾਂ ਦੇ ਮੁੰਡੇ ਵਾਲਾ ਤੇ ਮੈਂ 100 ਬੰਦੇ ਦਾ ਮੁਕਾਬਲਾ ਕਰ ਸਕਦਾ ਮੈਂ ਮਾਰਸ਼ਲ ਆਰਟ ਜਾਣਦਾ ਤੂੰ 49 ਦਾ ਤੇ ਮੈਂ 53 ਦਾ ਤੇਰਾ ਤੇ ਮੇਰਾ 4 ਸਾਲ ਦਾ ਫਰਕ ਹੈ ਮੈਂ ਤੇਰੇ ਤੋਂ 4 ਸਾਲ ਵੱਡਾ ਮਿੱਤਰਾ ਟਾਈਮ ਤੇ ਜਗ੍ਹਾ ਤੇਰੀ ਟਾਈਮ ਤੇ ਜਗ੍ਹਾ ਤੇਰੀ ਹੋਊਗੀ ਦੱਸ ਦੀ ਕਿੱਥੇ ਆਉਣਾ ਈ ਕਿੱਥੇ ਸੱਦਣਾ ਈ ਤੇਰੇ ਸ਼ਹਿਰ ਚ ਆਊਗਾ ਮੁਕਾਬਲਾ ਕਰਨਾ ਮੇਰੇ ਨਾਲ ਤੂੰ ਤੇ ਆਹ ਗੱਲ ਧਿਆਨ ਨਾਲ ਸੁਣਨੀ ਜੇ ਤੂੰ ਮੇਰੇ ਅੱਗੇ 3 ਮਿੰਟ ਖੜ ਗਿਆ ਜੇ ਤੂੰ ਮੇਰੇ ਅੱਗੇ 3 ਮਿੰਟ ਖੜ ਗਿਆ ਮੈਂ ਆਪਣਾ ਮੂੰਹ ਆਪ ਕਾਲਾ ਕਰਕੇ ਪੂਰੇ ਲੁਧਿਆਣੇ ਵਿੱਚ ਘੁੰਮੂਗਾ ਇਹ ਤੇਰਾ ਮੇਰਾ ਵਾਅਦਾ ਆ ਤੇ ਇਹ ਵੀਡੀਓ ਮੇਰੀ ਦੋ ਤੋਂ ਸ਼ੇਅਰ ਕਰਨੀ ਆ ਮੈਂ ਸ਼ੇਅਰ ਕਰਨ ਵਾਸਤੇ ਕਹਿੰਦਾ ਨਹੀਂ ਹੁੰਦਾ ਪਰ ਇਹ ਸ਼ੇਅਰ ਕਰਨੀ ਆ ਇੱਕ ਗੱਲ ਹੋਰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਐਫੀਡੇਵਿਟ ਮੈਂ ਲੈ ਕੇ ਆਊਂਗਾ ਉਸ ਐਫੀਡੇਵਿਟ ਉੱਪਰ ਇਹ ਲਿਖਣਾ ਵਾ ਤੇਰੀ ਮੌਤ ਦਾ ਜ਼ਿੰਮੇਵਾਰ ਤੂੰ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਠੀਕ ਆ ਫਿਰ ਕਰਦਾ ਕਲੀਅਰ ਜੇ ਤੂੰ ਮੇਰੇ ਨਾਲ 3 ਤੋਂ 4 ਮਿੰਟ ਖੜ ਗਿਆ ਗਰਾਊਂਡ ਦੇ ਵਿੱਚ 3 ਤੋਂ 4 ਮਿੰਟ ਤੂੰ ਆਪਣੀਆਂ ਲੱਤਾਂ ਤੇ ਖੜਾ ਰਹਿ ਗਿਆ ਤੇ ਸੁਖਿੰਦਰ ਸਿੰਘ ਆਪਣਾ ਮੂੰਹ ਕਾਲਾ ਆਪ ਕਰਕੇ ਪੂਰੇ ਲੁਧਿਆਣੇ ਵਿੱਚ ਘੁੰਮੂਗਾ ਠੀਕ ਆ ਜੇ ਮਨਜ਼ੂਰ ਆ ਤੇ ਟਾਈਮ ਦੇ ਦੇਵੀ ਤੇ ਜਨਾਨੀਆਂ ਵਾਂਗੂ ਮੇਰੇ ਨਾਲ ਮਾਰੀ ਵੈਸੇ ਤੂੰ ਮਾਰਨੇ ਆ ਪਰ ਜਨਾਨੀਆਂ ਵਾਂਗੂ ਮੇਰੇ ਨਾਲ ਮਾਰੀ ਧੰਨਵਾਦ ਦੋਸਤੋ।